ठीक है ठीक हो ठीक है छज पर सानू चंगे आप हूँ इस टाइम आफाक भाई ने घर बैठे हैं क्योंकि इतना इन्हें खाने का इंतजाम किए छज पर सानू बुला के असि इस संधेरी का होना ड्रोन शॉट करा दसांगे वाटरफॉल भी है बागसर किला भी है और छोटा झील भी है बहुत सारे पार्क भी है ਅਸੀਂ ਪਹਿਲੇ ਪੁੱਛਿਆ ਸੀ ਕਿ ਕਿਆ ਖਾਸਾ ਸਾਂਗੇ ਬ੍ਰੈਂਡੀ ਖਾਸਾ ਇਹ ਗੱਲ ਹੈ ਬਿਲਕੁਲ ਮੈਂ ਪੁੱਛਿਆ ਸੀ ਮੁੰਨਾ ਭਾਈ ਕੋਲ ਅਸਲਾਮ ਅਲੈਕਮ ਵੀਵਰਸ ਉਮੀਦ ਕਰਨਾ ਸੋ ਸਾਜਦੋਸ ਪਿਆਰ ਬੜਾ ਠੀਕ ਹੋ ਸੋ ਤਾਂ ਖੁਸ਼ਬਾਸ਼ ਸੋ ਅੱਲਾ ਨੇ ਫਜ਼ਲ ਕਰਨਾ ਸ਼ੁਰੂ ਕਰਨਾ ਆ ਅੱਜ ਨਾ ਵਲੌਗ ਤੈਤ ਸੋ ਤਕਣੇ ਪਿਆ ਆਪਣਾ ਫੈਮਿਲੀ ਯੂਟਿਊਬ ਚੈਨਲ ਕਸ਼ਮੀਰ ਪੈਰਾਡਾਈਜ਼ ਬਿਊਟੀ ਤਾਂ ਅੱਜ ਸੋ ਇਦਮਤ ਜੇ ਇੱਕ ਨਵੀਂ ਵੀਡੀਓ ਨਾਜ਼ਰ ਆਇਆ ਤਾਂ ਜੈਸਾ ਕਿ ਥੰਬਨੇਲ ਟਾਈਟਲ ਵਗੈਰਾ ਸੋ ਤੱਕਿਆ ਸੀ ਅੱਜ ਅਸਾਂ ਇਸ ਟਾਈਮ ਮੌਜੂਦ ਆ ਸਿੰਧੋਵਾ ਨੇ ਮਕਾਮ ਪਰ ਤਾਂ ਸਿੰਧੋਵਾ ਤੋਂ ਅਸਾਂ ਵੀਡੀਓ ਨਾਲ ਆਗਾਜ਼ ਕਰਨੇ ਪਿਆ ਤਾਂ ਜਾ ਰਹੇ ਹਾਂ ਸੰਧੇੜੀ ਵਾਲੀ ਸਾਈਡ ਇਸ ਸਾਈਡ ਪਰ ਸੰਧੇੜੀ ਗਾਉਂ ਹੈ ਇਸ ਸਾਈਡ ਪਰ ਠੀਕ ਹੈ ਰਸਤਾ ਕੁਝ ਆਸੀ ਤਾਂ ਉੱਥਾਂ ਨੇ ਅਸਾਂ ਦੋਸਤ ਨੇ ਇੱਕ ਆਫਾਕ ਭਾਈ ਉਹਨਾਂ ਨੇ ਵੀ ਆਪਣਾ ਇੱਕ ਯੂਟਿਊਬ ਚੈਨਲ ਹੈ ਤਾਂ ਉਹਨਾਂ ਨਾਲ ਅਸਾਂ ਕਾਫੀ ਟਾਈਮ ਤੋਂ ਗੱਪਸ਼ਪ ਹੈ ਤਾਂ ਉਹਨਾਂ ਕੋਲ ਬੜੀ ਟਾਈਮ ਤੋਂ ਅਸੀਂ ਆਣ ਸਨ ਅਸਾਂ ਏਰੀਏ 'ਚ ਆਓ ਇੱਥੇ ਵੀਡੀਓ ਬਣਾਉਣ ਵਾਸਤੇ ਤਾਂ ਬਾਕੀ ਹੁਣ ਜਾ ਰਿਹਾ ਉੱਥੇ ਸੰਧੇੜੀ ਤਾਂ ਉਹਨਾਂ ਨਾਲ ਮੁਲਾਕਾਤ ਕਰਸਾਂ ਉਹਨਾਂ ਨੇ ਘਰ ਨੇ ਇਰਦ ਗਿਰਦ ਜਿਹੜਾ ਖੂਬਸੂਰਤ ਗ੍ਰਾਮ ਹੈ ਉਸਨੇ ਡਰੋਨ ਸ਼ਾਟ ਵੀ ਬਣਾ ਕੇ ਤਾਂ ਬਾਕੀ ਵੀਡੀਓ 'ਚ ਅੱਗੇ ਕਿਆ ਹੋਣ ਲੈ ਤਾਂ ਅੱਗੇ ਚੱਲ ਕੇ ਅਸੀਂ ਦੱਸਣੇ ਹਾਂ ਚੁਰੇ ਜੇ ਪੁੱਲ ਪਰ ਅਸਾਂ ਖਲ ਗਿਆ ਵੀਡੀਓ ਨਾਲ ਇੰਟਰੋ ਕੀਤਾ ਹੈ ਤਾਂ ਬਾਕੀ ਮਾਸ਼ਾਅੱਲਾ ਤੱਕਣਾ ਸੋ ਖੂਬਸੂਰਤੀ ਥੱਲੇ ਇੱਕ ਖੂਬਸੂਰਤ ਜਿਹਾ ਬਰਸਾਤੀ ਨਾਲਾ ਗੁਜ਼ਰਨਾ ਪਿਆ ਮਾਸ਼ਾਅੱਲਾ ਵਿਊ ਚੈੱਕ ਕਰਨੇ ਸੋ ਇਸ ਸਾਈਡ ਪਰ ਪਹਾੜੀਆਂ ਨਾਲ ਕਿਤਨਾ ਖੂਬਸੂਰਤ ਵਿਊ ਉੱਥੇ ਨਜ਼ਰ ਆਉਣਾ ਪਿਆ ਸੀ ਤਾਂ ਬਾਕੀ ਚੱਲਦੇ ਹਾਂ ਇਸ ਸਾਈਡ ਪਰ ਇਬਰਾਹਿਮ ਭਾਈ ਤਾਂ ਅਸਾਂ ਬਾਈਕ ਕਹਿ ਤੱਕ ਚੱਲਦੇ ਹਾਂ ਸੰਧੇੜੀ ਵਾਲੀ ਸਾਈਡ ਤਾਂ ਅੱਗੇ ਚੱਲ ਗਿਆ ਅਸੀਂ ਬਾਕੀ ਸੀਨ ਦੱਸਣੇ ਹਾਂ ਤਾਂ ਇਹ ਰਸਤਾ ਜਾਣਾ ਸ਼ਾਰਟ ਸੰਧੇੜੀ ਵਾਲੇ ਪਾਸੇ ਤਾਂ ਚੱਲਦੇ ਹਾਂ ਬਾਕੀ ਇਹ ਖੂਬਸੂਰਤ ਬਰਸਾਤੀ ਨਾਲਾ ਹੈ ਇਸ ਸਾਈਡ ਪਰ ਨੀਚੇ ਇੱਕ ਵਾਟਰਫਾਲ ਵੀ ਹੈ ਇੱਕ ਪੁਰਾਣੇ ਦੌਰ ਨਾਲ ਘਰਾਟ ਵੀ ਹੈ ਅਤੇ ਬਾਕੀ ਉੱਥੇ ਨੈਕਸਟ ਅੱਗੇ ਬਰਸਾਤ ਦੇ ਮੌਸਮ ਵਿਜ਼ਿਟ ਕਰਾਂਗੇ ਜਿਹੜਾ ਬਾਰਿਸ਼ ਦਾ ਪਾਣੀ ਉਹ ਸੀ ਤਾਂ ਤੇਜ਼ ਹੋਵੇਗਾ ਹਾਂਜੀ ਵੀਰਸ ਫਾਈਨਲੀ ਅਸਾਂ ਸੰਧੇੜੀ ਬਾਜ਼ਾਰ ਵਿੱਚ ਪੁੱਜਾਏ ਹਾਂ ਤਾਂ ਇਸ ਸਾਈਡ ਪਰ ਮੋਟਰਸਾਈਕਲ ਖੜਾ ਕੀਤਾ ਤਾਂ ਅਫਾਕ ਭਾਈ ਸਾਹਮਣੇ ਖਲਤੇ ਨੇ ਸਾਨੂੰ ਵੇਟ ਕਰਨੇ ਪੈਣ ਅਸਾਂ ਹਾਂਜੀ ਅੰਕਲ ਜੀ ਕੀ ਹਾਲ ਹੈ ਬਾਕੀ ਇੱਥੇ ਰੁਕੇ ਹਾਂ ਹੋਰ ਅੰਕਲ ਜੀ ਠੀਕ ਹੋ ਸੱਚ ਠੀਕ ਹੈ ਠੀਕ ਹੋ ਜੀ ਤਾਂ ਬਾਕੀ ਇਸ ਭਾਈ ਜ਼ਿਆਦਾ ਵੇਟ ਤਾਂ ਨਹੀਂ ਕਰਾਇਆ ਅਸਲੀ ਜੀ ਸਫ਼ਰ ਜ਼ਬਰਦਸਤ ਅੱਜ ਸਰਵਿਸ ਬੰਦ ਹੈ ਨਾ ਅਸਲੀ ਜੀ ਇਸ ਵਜ੍ਹਾ ਤੋਂ ਪ੍ਰੋਬਲਮ ਹੋਈ ਹੈ ਤਾਂ ਹੋਰ ਸੁਣਾਓ ਤਾਂ ਇਹ ਸੁਣਿਆ ਬੁਨ ਹੋਰ ਜੀ ਕੀ ਹਾਲ ਹੈ ਠੀਕ ਹੋ ਠੀਕ ਹੈ ਠੀਕ ਹੋ ਹਾਂਜੀ ਵੀਵਰਸ ਬਾਕੀ ਇੱਥੇ ਪੂਜਾ ਆਏ ਹਾਂ ਤਾਂ ਮਜ਼ੀਦ ਅੱਗੇ ਗੱਪਸ਼ਪ ਹੋਣੀ ਹੈ ਹਾਂਜੀ ਵੀਵਰਸ ਅਸਾਂ ਹੁਣ ਇਸ ਟਾਈਮ ਆਫਾਕ ਭਾਈ ਨੇ ਘਰ ਬੈਠੇ ਹਾਂ ਕਿਉਂਕਿ ਇੱਥੇ ਇਹਨਾਂ ਖਾਣੇ ਦਾ ਇੰਤਜ਼ਾਮ ਕੀਤਾ ਸੀ ਤਾਂ ਬਾਕੀ ਤੁਸੀਂ ਵਾਂ ਕਿ ਆਫਾਕ ਭਾਈ ਨੇ ਬਹੁਤ ਟਾਈਮ ਤੋਂ ਰਿਕੁਐਸਟ ਸੀ ਬਹੁਤ ਟਾਈਮ ਤੋਂ ਸਾਨੂੰ ਰੱਖਦੇ ਸਨ ਕਿਉਂਕਿ ਇਹਨਾਂ ਨੇ ਆਪਣਾ ਇੱਕ ਯੂਟਿਊਬ ਚੈਨਲ ਹੈ ਆਫਾਕ ਵਲੌਗ ਤਾਂ ਇਹਨਾਂ ਅਸਾਂਗੀ ਇਨਵਾਈਟ ਕੀਤਾ ਕਿ ਆਓ ਅਸਾਂ ਨੇ ਸੰਧੇੜੀ ਗਾਉਣੀ ਵੀ ਡਰੋਨ ਕਵਰੇਜ ਕਰੋ ਤਾਂ ਬਾਕੀ ਵੀ ਇੱਥੇ ਇੱਕ ਖੂਬਸੂਰਤ ਪੁਆਇੰਟ ਬਹੁਤ ਸਾਰੇ ਨੇ ਬਾਗਸਰ ਝੀਲ ਹੈ ਹੋਰ ਵੀ ਬਹੁਤ ਸਾਰੇ ਪੁਆਇੰਟ ਇਹਨਾਂ ਦੱਸੇ ਜਿਹੜੇ ਅੱਜ ਕਵਰੇਜ ਉਸ ਸਨ ਉਹਨਾਂ ਨੇ ਅਲੱਗ ਅਲੱਗ ਅਸਾਂ ਅੱਗੇ ਵਲੌਗ ਬਣਾਵਾਂਗੇ ਤਾਂ ਅੱਜ ਨੇ ਵਲੌਗ ਵਿੱਚ ਅਸਾਂ ਤੁਸੀਂ ਇਸ ਸੰਧੇੜੀ ਗਾਉਣਾ ਡਰੋਨ ਸ਼ਾਟ ਵਗੈਰਾ ਦੱਸਾਂਗੇ ਤਾਂ ਬਾਕੀ ਜਿਹੜੀ ਮਜ਼ੇਦ ਗੱਪਸ਼ਪ ਹੋਣੀ ਹੈ ਤਾਂ ਬਾਕੀ ਅਫਾਕ ਭਾਈ ਨਾਲ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਤੁਸਾਂ ਦਾ ਮੁੰਨਾ ਭਾਈ ਜਿਹੜਾ ਇਤਨਾ ਟਾਈਮ ਕੱਢ ਕੇ ਆਇਓ ਅਸਾਂ ਵਾਸਤੇ ਅਸਾਂ ਦੀ ਦਿਲੀ ਖੁਆਇਸ਼ ਸੀ ਕਿ ਸੰਧੇੜੀ ਗਰਾਂਚ ਤੋਂ ਆਓ ਇੱਥਾ ਦਾ ਵੀਡੀਓ ਬਣਾਓ ਨਾਲੇ ਦੋ ਤਰੇ ਹੋਰ ਜਗ੍ਹਾ ਉੱਥੇ ਤੁਸੀਂ ਅੱਜ ਵਿਜ਼ਿਟ ਕਰਾਂਗੇ ਚਲੋ ਇਨਸ਼ਾਅੱਲਾ ਬਾਕੀ ਇਹਨਾਂ ਨਾਲ ਅੱਜ ਵਲੌਗ ਵਗੈਰਾ ਹੋਰ ਵੀ ਬਣ ਸਨ ਤੇ ਹੋਰ ਵੀ ਜਗ੍ਹਾ ਨਾਲ ਵਿਜ਼ਿਟ ਕਰਸਾਂ ਅੱਜ ਨੇ ਵਲੌਗ ਵਿੱਚ ਵੀ ਨਾਲ ਉਸ ਨੈਕਸਟ ਵਲੌਗਾਂ ਵਿੱਚ ਵੀ ਨਾਲ ਹੋਣਗੇ ਵਿੱਚ ਉਹ ਬਹੁਤ ਸਾਰੀਆਂ ਜਗ੍ਹਾ ਨਾਲ ਖੂਬਸੂਰਤ ਫਿਰਨੇ ਗਈਆਂ ਵਾਟਰਫਾਲ ਵੀ ਹੈ ਬਾਗਸਰ ਕਿਲਾ ਵੀ ਹੈ ਔਰ ਛੋਟਾ ਝੀਲ ਵੀ ਹੈ ਬਹੁਤ ਸਾਰੇ ਪਾਰਕ ਵੀ ਹੈ ਤੇ ਉਹ ਅੱਗੇ ਚਲ ਗਿਆ ਅਸਾਂ ਜਿਹੜੇ ਵਲੌਗ ਬਣ ਸਨ ਅੱਜ ਉਹ ਬਣਾਵਾਂਗੇ ਬਾਕੀ ਇਸ ਤੋਂ ਬਾਅਦ ਖਾਣੇ ਨਾਲ ਖਾਣੇ ਆ ਖਾਣੇ ਨਾਲ ਖਾ ਕੇ ਫਿਰ ਤੁਸੀਂ ਇਸ ਗਾਉਣ ਨੇ ਡਰੋਨ ਸ਼ਾਟ ਦੱਸਣਾ ਚੈੱਕ ਕਰਨੇ ਸੋ ਕਿ ਬਿਰਿਆਨੀ ਤੇ ਫੇਵਰੇਟ ਅਸਾਂ ਦੀ ਬਿਰਿਆਨੀ ਹੀ ਹੈ ਜ਼ਿਆਦਾ ਫਾਕ ਭਾਈ ਅਸੀਂ ਪਹਿਲੇ ਪੁੱਛਿਆ ਸੀ ਕਿ ਕਿਆ ਖਾਸਾ ਅਸਾਂ ਕਿਆ ਬਿਰਿਆਨੀ ਖਾਸਾਂ ਇਹ ਗੱਲ ਹੈ ਬਿਲਕੁਲ ਮੈਂ ਪੁੱਛਿਆ ਸੀ ਮੁੰਨਾ ਭਾਈ ਕੋਲ ਕਿ ਕਿਆ ਖਾਣਾ ਹੈ ਅਸਾਂ ਦੀ ਫੇਵਰੇਟ ਹੈ ਬਿਰਿਆਨੀ ਹੈ ਤਾਂ ਫਿਰ ਅਸਾਂ ਬਿਰਿਆਨੀ ਖਾਣਾ ਪਸੰਦ ਕਰਸਾਂ ਤੇ ਬਾਕੀ ਸੈਰ ਪਰ ਕਸਟਰਡ ਵਗੈਰਾ ਹੁਣ ਖਾਣਾ ਵਗੈਰਾ ਖਾਣੇ ਆ ਤਾਂ ਫਿਰ ਤੁਸੀਂ ਬਾਕੀ ਮੈਨੂੰ ਦੱਸਣਾ ਹਾਂਜੀ ਵੀਵਰਸ ਹੁਣ ਅਸਾਂ ਆ ਗਏ ਹਾਂ ਖਾਣਾ ਛਾਣਾ ਖਾਧਾ ਛੱਤਾਂ ਪਰ ਆਏ ਹਾਂ
ते हुन असा इस सिंदरी गाउन ने ड्रोन शॉट वगैरह बनाने आ ते अग्गे असा तको ड्रोन शॉट ते मिलने आ वीडियो लास्ट में ओ रब सच्चे लिख छोड़ी रोजी विच परदे सांदे असी शौक तू सजना बिछड़े उम्मीद करने आज की वीडियो से पसंद आई होगी। असं आए सा संदेड़ी गाने अंदर अफाक भाई ने रिक्वेस्ट पर इतने इन्होंने गाने ड्रोन कवर की है स्पेशली जो इतने तू भैन भ्रा परदेश बैठे तकने पे वो कमेंट करा जरूर दसे कि बंदा संदेड़ी तू तकना पे असाई तो बाकी इन्होंने घर दावत से खाना वगैरह खाधा है बाकी उन्होंने बहुत बहुत शुक्रिया। तो बाकी अज की वीडियो इतनी है तो नैक्सट असं अगर जा रहे हैं बागसार झील पर तो उसे एक पार्क है उसने ब्लॉग से नैक्सट मिलती अगर तो अज की वीडियो से पसंद आई है चैनल की लाजमी सब्सक्राइब करे ना दिते बैल ने बटन की लाजमी प्रेस करे क्योंकि हर नए वाली वीडियो सब तो पहले तक पूजा करा हूँ असं इजाजत दो अल्लाह सोने वाला है।